ਉੱਥੇ ਨਾ ਨਕਲੀ ਕਿੰਨਰਾਂ ਨੇ ਆ ਕੇ ਸਾਡੇ ਨਾਲ ਕੁੱਟਮਾਰ ਕੀਤੀ ਗਈ, ਸਾਰਿਆਂ ਨਾਲ ਕੁੱਟਮਾਰ ਕੀਤੀ। ਪਹਿਲਾਂ ਇੱਕ ਕਾਂਡ ਹੋਇਆ ਜਿਹਦੇ ਵਿੱਚ ਬਕਾਇਦਾ ਮੈਡੀਕਲ ਤੱਕ ਪੁਲਿਸ ਨੇ ਕਰਵਾਏ ਹਨਾ। ਪਟਿਆਲਾ ਵਿੱਚ ਕਿੰਨਰਾਂ ਦੀ ਲੜਾਈ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਨੇ ਅਤੇ ਹੁਣ ਇੱਕ ਵਾਰ ਫੇਰ ਤੋਂ ਪਟਿਆਲਾ ਦੇ ਆਨੰਦ ਨਗਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਕਿੰਨਰ ਆਪਸ ਵਿੱਚ ਹੀ ਉਲਝ ਪਏ ਅਤੇ ਇਸ ਲੜਾਈ ਵਿੱਚ 4 ਕਿੰਨਰ ਜ਼ਖਮੀ ਹੋ ਗਏ। ਉਧਰ ਜ਼ਖਮੀ ਹੋਏ ਕਿੰਨਰਾਂ ਦੇ ਗਰੁੱਪ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਨਕਲੀ ਕਿੰਨਰ ਵਧਾਈਆਂ ਇਕੱਠੀਆਂ ਕਰ ਰਹੇ ਹਨ ਅਤੇ ਅਸਲੀ ਕਿੰਨਰਾਂ ਉੱਤੇ ਜਾਨਲੇਵਾ ਹਮਲਾ ਕੀਤਾ ਜਾ ਰਿਹਾ। ਉਹਨਾਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਉਹਨਾਂ ਉੱਤੇ ਹਮਲੇ ਕੀਤੇ ਜਾ ਚੁੱਕੇ ਨੇ ਤੇ ਇਸ ਵਾਰ ਵੀ ਜਦੋਂ ਉਹ ਆਨੰਦ ਨਗਰ ਵਿੱਚ ਵਧਾਈ ਲੈਣ ਲਈ ਪਹੁੰਚੇ ਤਾਂ ਉਹਨਾਂ ਉੱਪਰ ਦੂਸਰੇ ਗਰੁੱਪ ਯਾਨੀ ਕਿ ਨਕਲੀ ਕਿੰਨਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਹਦੇ ਚਲਦੇ ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸਨ ਨੇ ਪਹਿਲਾਂ ਵੀ ਇਹਨਾਂ ਤੇ ਮਾਮਲਾ ਦਰਜ ਕੀਤਾ ਸੀ ਪਰ ਕੋਈ ਵੀ ਸਖਤ ਕਾਰਵਾਈ ਨਾ ਹੋਣ ਕਰਕੇ ਇਹ ਨਕਲੀ ਕਿੰਨਰ ਲਗਾਤਾਰ ਪਟਿਆਲੇ ਦਾ ਮਾਹੌਲ ਖਰਾਬ ਕਰ ਰਹੇ ਨੇ। ਜਸਲੀਨ ਪਟਿਆਲਾ ਗੱਲ ਕਰਦੀ ਹੈ ਜੀ, ਅਸੀਂ ਆਨੰਦ ਨਗਰ ਬੀਚ ਵਧਾਈ ਲੈਣ ਗਏ ਹੋਏ ਸੀ ਆਨੰਦ ਨਗਰ 'ਚ, ਉੱਥੇ ਨਾ ਨਕਲੀ ਕਿੰਨਰਾਂ ਨੇ ਆ ਕੇ ਸਾਡੇ ਨਾਲ ਕੁੱਟਮਾਰ ਕੀਤੀ ਗਈ, ਸਾਰਿਆਂ ਨਾਲ ਕੁੱਟਮਾਰ ਕੀਤੀ, ਬਕਾਇਦਾ ਸਾਡੇ ਕੱਪੜੇ ਪਾੜੇ ਗਏ, ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ। ਉਹ ਨਕਲੀ ਕਿੰਨਰ ਦੀ ਜੀ, ਉਹਨਾਂ ਨੇ ਪਹਿਲਾਂ ਵੀ ਪ੍ਰਸ਼ਾਸਨ ਨਾਲ ਬੜੀਆਂ ਬਦਤਮੀਜ਼ੀਆਂ ਕੀਤੀਆਂ ਨੇ ਨਾ ਫੁਆਰਾ ਚੌਂਕ 'ਤੇ, ਤੁਹਾਨੂੰ ਪਤਾ ਹੀ ਹੈ ਪਹਿਲਾਂ ਇੱਕ ਕਾਂਡ ਹੋਇਆ ਜਿਹਦੇ ਵਿੱਚ ਬਕਾਇਦਾ ਮੈਡੀਕਲ ਤੱਕ ਪੁਲਿਸ ਨੇ ਕਰਵਾਏ ਹਨਾ। ਮੈਂ ਤੁਹਾਨੂੰ ਪਤਾ ਜਸਲੀਨ ਆ ਨਾ, ਮੈਂ ਹੱਕ ਸੱਚ ਲਈ ਲੜਦੀ ਹਾਂ, ਬਸ ਮੇਨ ਰੌਲਾ ਇਹ ਆ ਵੀ ਉਹ ਸਾਡੇ ਚੋਰੀਆਂ ਕਰਦੇ ਨੇ, ਵਧਾਈਆਂ ਚੱਕਦੇ ਨੇ। ਉਹ 10-12 ਕਿੰਨਰ ਦੀ ਜੀ, ਸਾਡੇ 4-5 ਹਾਂਜੀ ਹਾਂਜੀ ਪਹਿਲਾਂ ਵੀ ਉਹਨਾਂ ਨੂੰ ਫੜਿਆ ਏ, ਪਰ ਹੁਣ ਅਸੀਂ ਰਿਕੁਐਸਟ ਕਰ ਰਹੇ ਹਾਂ ਵੀ ਉਹ ਕਾਰਵਾਈ ਕਰਨ। ਬਸ ਅਸੀਂ ਚਾਹੁੰਦੇ ਹਾਂ ਵੀ ਦੇਖੋ ਨਕਲੀ ਕਾਰ ਜਿਹੜੇ ਨਕਲੀ ਕਿੰਨਰ ਨੇ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇ ਤਾਂ ਜੋ ਉਹਨਾਂ ਦੇ ਖਿਲਾਫ਼ ਕਾਰਵਾਈ ਹੋ ਸਕੇ। ਦੇਖੋ ਇਹ ਸਾਡੇ ਨਾਲ ਨਹੀਂ, ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਖਿਲਵਾੜ ਕੀਤਾ ਜਾਂਦਾ। ਉਹਨਾਂ ਕੋਲ ਚਾਕੂ ਚੋਰੀਆਂ ਸੀਗੀਆਂ ਜੀ, ਬਕਾਇਦਾ ਉਹਨਾਂ ਨੇ ਮੇਰੇ ਤਾਂ ਕਾਫ਼ੀ ਮੇਰੇ ਵਾਲ ਪੱਟੇ ਪੇਟ 'ਚ ਮੇਰੇ ਲੱਤਾਂ ਮਾਰੀਆਂ ਫੜ ਲਿਆ, ਬਕਾਇਦਾ ਦੇਖੋ ਮੇਰੇ ਕਿਵੇਂ ਨਿਸ਼ਾਨ ਨਿਸ਼ੂਨ ਪਾਤੇ ਸਾਰੇ। ਪੁਲਿਸ ਨੂੰ ਦੇਖੋ ਜੀ, ਹੁਣ ਹੋਸਪਿਟਲ ਵਾਲੇ ਦੇਣਗੇ, ਅਸੀਂ ਹੋਸਪਿਟਲ ਐਡਮਿਟ ਹੋ ਗਏ ਜੀ। ਆਪ ਕਿਆ ਵਧਾਈ ਮੰਗ ਰਹੇ ਥੇ ਅੱਜ ਵਾਪਸ? ਹਮਾਰੇ ਇਲਾਕੇ ਮੇਂ, ਹਮਾਰੇ ਸਿਮਰਨ ਮੰਜੀ ਕੇ ਇਲਾਕੇ ਮੇਂ ਜਾ ਕੇ ਵਧਾਈ ਲੈ ਕੇ ਆਤੇ ਹੈ ਉਹ ਲੋਗ, ਵੋ ਨਕਲੀ ਕਿੰਨਰ ਹੈ। ਪਹਿਲੇ ਵੀ ਕਈ ਵਾਰ ਹੋ ਚੁੱਕੀ ਹੈ, ਪਹਿਲੇ ਵੀ ਹਾਂ, ਪਹਿਲੇ ਵੀ ਲੜਾਈ ਹੋਈ ਹੈ 2-3 ਵਾਰ, ਔਰ ਆਜ ਫੇਸ ਟੂ ਫੇਸ ਲੜਾਈ। ਪੂਰੀ ਪ੍ਰੂਫ ਹੈ, ਉਸਕਾ ਪੂਰਾ ਪ੍ਰੂਫ ਹੈ, ਇਲਾਕਾ ਕਿਨ ਕਾ ਹੈ, ਕਿਆ ਨਹੀਂ, ਸਾਰੀ ਚੀਜ਼ ਹੈ, ਤਬ ਵੀ ਉਹ ਸੂਟ ਪੇ ਕੇ ਆਦੇ ਕਿਆ ਦੇ ਦੇ ਹਮੇ ਮਾਰਨੇ ਕੀ। ਜਸਲੀਨ ਕਿੰਨੇ ਬੰਦੇ ਦੀ ਅੱਜ ਨਾਲ? 12-13 ਬੰਦੇ ਦੀ ਜੀ। ਦੇਖੋ ਜਿਹੜੇ ਅਸੀਂ ਆ, ਸਾਨੂੰ ਸਿਮਰਨ ਮੰਤ ਜੀ ਨੇ ਭੇਜਿਆ ਹੋਇਆ, ਸਿਮਰਨ ਮੰਤ ਜੀ ਪਟਿਆਲੇ ਦੇ ਨੇ, ਉਹਨਾਂ ਨੇ ਬਕਾਇਦਾ ਕਾਫੀ ਵੱਡਾ ਸੰਮੇਲਨ ਕਰਿਆ ਸੀ ਪਿਛਲੇ ਥੋੜਾ ਟਾਈਮ ਪਹਿਲਾਂ, ਤੁਹਾਨੂੰ ਪਤਾ ਯੂਟਿਊਬ ਤੇ ਤੁਸੀਂ ਦੇਖ ਸਕਦੇ ਹੋ ਨਾ, ਉਹਨਾਂ ਕੋਲ ਸਾਰੇ ਪ੍ਰੂਫ ਨੇ, ਉਹ ਪਟਿਆਲੇ ਦੇ ਗੱਦੀ ਨਸ਼ੀਨ ਨੇ ਹਨਾ, ਤੇ ਜਿਹੜੇ ਇਹ ਨਕਲੀ ਕਿੰਨਰ ਨੇ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਹੈਗਾ, ਕੁਛ ਨਹੀਂ ਹੈਗਾ, ਸਿਰਫ ਇਹ ਚੋਰੀਆਂ ਕਰਦੇ ਨੇ ਸਾਡੀਆਂ। 10-12 ਬੰਦੇ ਦੀ ਜੀ ਉਹ। ਤੁਸੀਂ ਕਿੰਨੇ ਸੀਗੇ? ਅਸੀਂ ਤਾਂ ਦੇਖੋ ਤੁਹਾਡੇ ਸਾਹਮਣੇ ਹੀ ਹਾਂ, 5-6 ਹਮ ਤਾਂ 6 ਜਣੇ ਤੇ, ਉਹ ਕਿਹਾ ਕਮ ਸੇ 15-20 ਲੜਕੇ ਉਸ ਗਾੜੀ ਮੇਂ ਆਏ ਤੇ, ਡੰਡੇ ਵੰਡੇ ਸਭ ਥੇ ਉਨਕੇ ਪਾਸ, ਗਾੜੀ ਕੇ ਅੰਦਰ, ਔਰ ਕਿਹਾ ਤਾਂ ਚੱਕੂ ਵੱਕੂ ਵੀ ਥੇ, ਔਰ ਲੜਕੋ ਨੇ ਤਾਂ ਯਹਾਂ ਪੇ ਮੂੰਹ ਪੇ ਫਸਾ ਲਗਾਤਾ, ਕਿਆ ਕਹਤੇ ਹੈ, ਬਲੇਡ ਵਾਲੇ ਫਸਾਇਆ ਤੇ, ਜਿਸ ਸਮ ਨੇ ਕਹਾ ਕਿ ਛੋੜੋ ਛੋੜੋ, ਦੇਖ ਤੇ ਮੂੰਹ ਚ ਨਿਕਾ ਕੇ ਸਿੱਧਾ ਯਹਾਂ ਪੇ ਮਾਰ ਦੇ ਮਾਰੇ ਸਭ ਕੇ, ਜਿਸ ਕੇ ਮਾਰਾ ਮੇਰੇ ਮਾਰੇ, ਔਰ ਕਹਤੇ ਜਿਸ ਵਿੱਚ ਨਕਲੀ ਤੇ ਅਸਲੀ ਕਿੰਨਰ ਵਧਾਈਆਂ ਨੂੰ ਲੈ ਕੇ ਆਪਸ ਵਿੱਚ ਹੀ ਉਲਝ ਜਾਂਦੇ ਨੇ। ਪਟਿਆਲਾ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ।